ਜਗਦੀਪ ਜੀ ਜ਼ਿਕਰ ਕਰ ਰਹੇ ਸੀਗੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਜਦੋਂ ਪ੍ਰਧਾਨਗੀ ਦੀ ਕੁਰਸੀ 'ਤੇ ਤੁਸੀਂ ਬੈਠੇ, ਉਸ ਤੋਂ ਬਾਅਦ ਦੇਖਿਆ ਸੀ ਬਹੁਤ ਸਾਰੇ ਲੀਡਰ ਨਾਰਾਜ਼ ਹੋ ਗਏ, ਤੁਸੀਂ ਹਾਲਾਂਕਿ ਮੈਕਸੀਮਮ ਨੂੰ ਮਨਾ ਵੀ ਲਿਆ, ਮਾਫ਼ੀ ਵੀ ਮੰਗੀ ਤੁਸੀਂ, ਪਰ ਤੁਹਾਨੂੰ ਲੱਗਦਾ ਕਿ ਹੁਣ ਤੱਕ ਸਭ ਨੂੰ ਮਨਾ ਲਿਆ ਗਿਆ? ਕਿਉਂਕਿ ਜਦੋਂ ਟਿਕਟਾਂ ਦੀ ਵੰਡ ਹੋਈ ਅਸੀਂ ਦੇਖਿਆ, ਚਾਹੇ ਉਹ ਜਲੰਧਰ ਵਾਲੇ ਤੁਹਾਡੇ ਇੱਕ MLA ਸਾਬਕਾ MLA ਸੀਗੇ ਟੀਨੂ ਸਾਹਿਬ, ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ, ਕੁਛ ਹੋਰ ਵੀ ਅਕਾਲੀ ਦਲ ਦੇ ਲੀਡਰਸ ਚਲੇ ਗਏ, ਪਰਮਿੰਦਰ ਸਿੰਘ ਢੀਂਡਸਾ ਜੀ ਦੀ ਗੱਲ ਕੀਤੀ ਜਾਵੇ, ਮੰਨਿਆ ਜਾ ਰਿਹਾ ਸੀ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ, ਪਰ ਜਦੋਂ ਪਾਰਟੀ ਦੇ ਵਿੱਚ ਨਹੀਂ ਸੀ ਉਹ ਤੱਕ ਤੁਸੀਂ ਝੁੰਦਾ ਜੀ ਨਾਲ ਪ੍ਰੋਮਿਸ ਜਿਹੜਾ ਉਹ ਕਰ ਚੁੱਕੇ ਸੀਗੇ, ਤਾਂ ਇਹ ਸਾਰਾ ਕੁਛ ਹੌਚ ਪੌਚ ਕਿਵੇਂ ਸੰਭਾਲਿਆ ਤੁਸੀਂ? ਸੀ ਬੇਸਿਕਲੀ ਅੱਜ ਐਕਤੀ ਜਿਹੜਾ ਸੀਜ਼ਨ ਦੇਖਿਆ ਨਾ ਮੈਂ, ਕਿਸੇ ਦੀ ਕੋਈ ਮਰਿਆਦਾ ਨਹੀਂ ਰਹੀ, ਹਰ ਰੋਜ਼ ਅਖਬਾਰ 'ਚ ਪੜ੍ਹੀਦਾ ਅੱਜ ਇੱਥੇ ਚਲੇ ਗਿਆ, ਇੱਥੇ ਚਲੇ ਗਿਆ, ਅੱਜ ਮੈਂ ਹੁਣੀ ਦੇਖ ਰਿਹਾ ਸੀ ਜਗਵੀਰ ਬਰਾੜ ਅਕਾਲੀ ਦਲ ਸੀ, PPP ਚਲੇ ਗਿਆ, PP ਦੇ ਬਾਅਦ ਉਹ ਆਪਣਾ ਚਲੇ ਗਿਆ ਆਪਣੇ ਕਾਂਗਰਸ 'ਚ, ਕਾਂਗਰਸ ਦੇ ਬਾਅਦ ਵਾਪਸ ਅਕਾਲੀ ਦਲ 'ਚ, ਅਕਾਲੀ ਦਲ ਦੇ ਬਾਅਦ ਆਪ 'ਚ, ਅੱਜ BJP 'ਚ, ਮੈਨੂੰ ਲੱਗਦਾ ਉਹਨੇ ਪੂਰਾ ਸਫ਼ਰ ਪੂਰਾ ਕਰ ਲਿਆ, ਹੁਣ ਨੈਕਸਟ ਰਾਊਂਡ ਸ਼ੁਰੂ ਹੋਊਗਾ ਉਹਦਾ। ਇਹੋ ਜਿਹੇ ਸਾਰੇ ਲੋਕਾਂ 'ਚ ਹੋ ਗਈ, ਕਿਸੇ ਦੀ ਕੋਈ ਕਮਿਟਮੈਂਟ ਲੈਵਲ ਨਹੀਂ ਹੈ। ਮੈਂ ਤਾਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਆਹ ਤੁਸੀਂ ਰੋਕ ਸਕਦੇ ਹੋ, ਜਿਹੜੇ ਦਲ ਬਦਲੂ ਆ ਉਹਨਾਂ ਨੂੰ ਤਾਂ ਹਰਾ ਹੀ ਦਿਓ, ਕਿਸੇ ਵੀ ਪਾਰਟੀ ਦੇ ਹੈ, ਆਪਣੇ ਆਪ ਹੀ ਇਹ ਬਦਲਣਾ ਛੱਡਣਗੇ। ਜਿਹੜੀ ਬੰਦਾ ਆਪਣੇ ਪਾਰਟੀ ਨਾਲ ਨਹੀਂ ਖੜ ਸਕਦਾ, ਜਿਸ ਪਾਰਟੀ ਨੇ ਸਾਰਾ ਕੁਛ ਤੁਹਾਨੂੰ ਬਣਾਇਆ, ਜੋ ਪੋਜੀਸ਼ਨ ਤੁਸੀਂ ਹੋ ਉਸ ਪਾਰਟੀ ਕਰਕੇ ਹੋ, ਅਤੇ ਤੁਸੀਂ ਸੋਚਦੇ ਹੋ ਕੁਇਕ ਗੇਨਸ, ਮੈਂ 3 ਮਹੀਨੇ ਸਰਕਾਰ ਹੈ, ਮੈਂ ਚੇਅਰਮੈਨ ਬਣ ਜੂੰਗਾ, ਮੈਂ ਇਹ ਕਰ ਲੂੰਗਾ, ਮੈਂ ਟੈਂਡਰ ਲੈ ਲੂੰਗਾ, 2 ਗਨਮੈਨਾਂ ਪਿੱਛੇ ਲੋਕ ਪਾਰਟੀ ਛੱਡ ਦਿੰਦੇ, ਉਹ ਲੋਕਾਂ ਕਿਵੇਂ ਟਰੱਸਟ ਕਰ ਸਕਦੇ? ਸੀ ਮਹਿੰਦਰ KP ਦਾ ਫਰਕ ਹੈ, ਮਹਿੰਦਰ KP ਜੀ ਨੂੰ ਪਾਰਟੀ ਨੇ ਬੇਇਨਸਾਫੀ ਕੀਤੀ ਲਗਾਤਾਰ, ਹੀ ਇਜ਼ ਅ ਵੈਰੀ ਸੀਨੀਅਰ ਗਾਏ। ਹੁਣ ਸੀਨੀਅਰ ਗਾਏ ਨੂੰ ਤੁਸੀਂ ਲੈ ਕੇ ਤੁਸੀਂ ਬੰਦੇ ਅਜੇ ਲਿਆਓ, ਹੁਣ ਚੰਨੀ ਦਾ ਉੱਥੇ ਕੋਈ ਲੈਣਾ ਦੇਣਾ ਨਹੀਂ ਹੈ। ਹਰ ਵਾਰ KP ਲਾਸਟ ਟਾਈਮ ਮਹਿੰਦਰ KP ਨੂੰ ਆਦਮਪੁਰ ਦੀ ਟਿਕਟ ਦਿੱਤੀ, ਨੋਮੀਨੇਸ਼ਨ ਤੋਂ 1 ਦਿਨ ਪਹਿਲੇ ਕੈਂਸਲ ਕਰਤੀ। ਹੀ ਵਾਜ਼ ਅ ਲੋਇਲ ਕਾਂਗਰਸਮੈਨ, ਬਟ ਤੁਸੀਂ ਉਹਨਾਂ ਨਾਲ ਧੱਕਾ ਕਰੀ ਜਾਊਂਗਾ, ਹੀ ਇਜ਼ ਬੇਸਿਕਲੀ ਥਰੋਨ ਆਊਟ ਬਾਈ ਕਾਂਗਰਸ। ਬਠਿੰਡੇ ਦੀ ਗੱਲ ਕਰਦੇ ਹਾਂ, ਜਿਹੜੇ ਮੁੱਖ ਮੰਤਰੀ ਦਾਅਵਾ ਕਰ ਰਹੇ ਆ ਕਿ ਬਾਦਲ ਮੁਕਤ ਪੰਜਾਬ ਬਣਾਵਾਂਗੇ, ਕਿ ਇੱਕੋ ਬਾਦਲ ਰਹਿ ਗਏ ਆ ਉਹਨਾਂ ਨੂੰ ਹਰਾਵਾਂਗੇ, ਔਰ ਉੱਥੇ ਲੜਾਈ ਬੜੀ ਦਿਲਚਸਪ ਹੈ ਕਿ ਜਿਹੜਾ ਵੀ ਜਿੱਤੂਗਾ ਉਹ ਅਕਾਲੀ ਜਿੱਤੇਗਾ, ਕਿਉਂਕਿ ਸਾਰੇ ਅਕਾਲੀ ਮਾਈਂਡਡ ਲੋਕ ਸੀਗੇ ਜਿਹੜੇ ਉਹਨਾਂ ਨੇ ਅਗੇਂਸਟ ਖੜੇ ਕੀਤੇ ਆ। ਕਿਵੇਂ ਦੇਖਦੇ ਹੋ ਜਿਹੜਾ ਬਠਿੰਡੇ ਦਾ ਕਿਲਾ ਤੁਹਾਡਾ? ਪਿਓਰ ਅਕਾਲੀ ਲੈ ਜੂਗਾ, ਨਕਲੀ ਚਲੇ ਜਾਵਾਂਗੇ। ਪਰ ਇਹ ਵੀ ਇਲਜ਼ਾਮ ਲੱਗਦੇ ਨੇ ਬਾਦਲ ਸਾਹਿਬ ਕਿ ਸਿਰਫ ਔਰ ਸਿਰਫ ਮਤਲਬ ਹਰਸਿਮਰਤ ਕੌਰ ਬਾਦਲ ਜੀ ਦੀ ਸੀਟ ਤੇ ਪੂਰਾ ਜ਼ੋਰ ਜਿਹੜਾ ਉਹ ਲਗਾਇਆ ਜਾ ਰਿਹਾ, ਜਿਹੜੀਆਂ ਵਿਰੋਧੀ ਪਾਰਟੀਆਂ ਲਗਾਤਾਰ ਇਹ ਕਹਿ ਰਹੀਆਂ ਨੇਗੀਆਂ ਕਿ ਆਪਣੇ ਪਰਿਵਾਰ ਦੀ ਜੋ ਪੋਲਿਟਿਕਸ ਆ ਉਸਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਬਾਦਲ ਸਾਹਿਬ ਕਰ ਰਹੇ ਨੇ। ਤੁਸੀਂ ਮੈਨੂੰ ਦੇਖਿਆ 3 ਮਹੀਨਿਆਂ 'ਚ ਕਿੰਨੀ ਵਾਰ ਗਿਆ ਮੈਂ ਬਠਿੰਡੇ ਪਾਰਲੀਮੈਂਟ 'ਚ? 5 ਦਿਨ ਨਹੀਂ ਗਿਆ ਹੋਣਾ 3 ਮਹੀਨੇ 'ਚ, ਹੁਣ ਵੀ ਅਗਲੇ ਦਿਨ ਦੇਖ ਲਿਓ, ਇਹਦੇ ਬਾਅਦ ਮੈਂ ਹੁਣ ਉੱਧਰ ਚੱਲਿਆ, ਕੱਲ੍ਹ ਆਪਣੇ ਫਿਰੋਜ਼ਪੁਰ 'ਚ, ਪਰਸੋਂ ਜਲੰਧਰ 'ਚ ਹੈ। ਸ਼ੀ ਇਜ਼ ਫਾਈਟਿੰਗ ਅਰ ਓਨ ਬੈਟਲ, ਐਂਡ ਤੁਸੀਂ ਮੈਂ ਦੱਸਾਂ ਜੋ ਨਾਂ ਉਹਨਾਂ ਨੇ ਆਪਣੇ ਪਾਰਲੀਮੈਂਟ ਵਿੱਚ ਕਮਾਇਆ ਹੈ, ਸ਼ੀ ਇਜ਼ ਬੀਨ ਜੱਜਡ ਦਾ ਬੈਸਟ ਪਾਰਲੀਮੈਂਟੇਰੀਅਨ। ਜਿਵੇਂ ਉਹਨਾਂ ਨੇ ਕਿਸਾਨੀ ਦੀ ਗੱਲ, ਪੰਜਾਬ ਦੀ ਗੱਲ, ਪੰਜਾਬ ਦੇ ਧੱਕੇ ਹੁੰਦੇ ਆ, ਬੰਦੀ ਸਿੱਖਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਪਾਰਲੀਮੈਂਟ 'ਚ, ਅੱਜ ਤੱਕ ਕਿਸੇ MP ਨੇ ਨਹੀਂ ਕੀਤਾ। ਟੂਡੇ ਸ਼ੀ ਇਜ਼ ਫਸਟ ਟਾਈਮ ਸ਼ੀ ਫੋਟ ਔਨ ਦਾ ਨੇਮ ਆਫ ਬਾਦਲਸ, ਨਾਓ ਸ਼ੀ ਇਜ਼ ਫਾਈਟਿੰਗ, ਆਪਣੇ ਨਾਂ 'ਤੇ ਫਾਈਟ ਕਰੀ। ਅੱਛਾ, ਬੜੀ ਅਟਕਲਾਂ ਸੀ ਕਿ ਤੁਸੀਂ ਫਿਰੋਜ਼ਪੁਰ ਤੋਂ ਲੜਦੇ ਤੇ ਬੜੇ ਆਰਾਮ ਨਾਲ ਜਿੱਤ ਵੀ ਜਾਂਦੇ, ਕੀ ਵਜ੍ਹਾ ਕੀ ਸੀ? ਕਿਉਂਕਿ ਮੈਂ ਤੁਹਾਡੇ ਇੱਕ ਇੰਟਰਵਿਊ ਸੁਣਿਆ, ਤੁਸੀਂ ਕਿਹਾ ਮੇਰਾ ਦਿੱਲੀ ਦਿਲ ਨਹੀਂ ਲੱਗਦਾ, ਮੈਂ ਪੰਜਾਬ 'ਚ ਹੀ ਰਹਿਣਾ। ਮੇਰਾ ਤਾਂ ਸਹੀ, ਮੈਨੂੰ ਤਾਂ ਦੈਟ ਸ਼ੋਥ, ਮੇਰਾ ਦਿੱਲੀ ਉੱਥੇ ਪਾਰਲੀਮੈਂਟ 'ਚ ਨੈਚੁਰਲੀ, ਮੇਰਾ ਮੈਂ ਉੱਥੇ ਆਮ ਨਾਟ ਮੇਡ ਫੋਰ ਪਾਰਲੀਮੈਂਟ,
ਜਿਵੇਂ ਵੱਡੇ ਬਾਦਲ ਸਾਹਿਬ ਸੀ। ਵੱਡੇ ਬਾਦਲ ਸਾਹਿਬ ਹੀ ਯੂਨੀਅਨ ਮਿਨਿਸਟਰ ਬਣ ਗਏ ਅਤੇ 3 ਮਹੀਨੇ ਬਾਅਦ ਅਸਤੀਫਾ ਦੇ ਕੇ ਆ ਗਏ ਸੀ। ਆਇਮ ਮੇਰਾ ਜੀ ਲੱਗਦਾ ਲੋਕਾਂ ਵਿੱਚ, ਅਤੇ ਤੁਸੀਂ ਦੇਖਿਆ ਹੋਣਾ ਖਾਲੀ ਐਜ਼ ਅਕਾਲੀ ਦਲ ਪ੍ਰੈਜੀਡੈਂਟ, ਸਾਡਾ ਕੰਮ ਹੀ ਪੰਜਾਬ 'ਚ ਹੈ। ਦਿੱਲੀ ਜਾ ਕੇ ਪਾਰਲੀਮੈਂਟ 'ਚ ਘੱਟ ਤੋਂ ਘੱਟ 6 ਮਹੀਨੇ ਦਾ 7 ਮਹੀਨੇ ਤੱਕ ਸੈਸ਼ਨ ਚੱਲਦਾ, 7 ਮਹੀਨੇ ਉੱਥੇ ਕਰਕੇ ਤੁਸੀਂ ਪੰਜਾਬ ਕਿੱਥੇ ਕਰੋਗੇ? ਸੋ ਮੈਂ ਬੜਾ ਕਲੀਅਰ ਸੀ ਕਿ ਮੈਂ ਨਹੀਂ ਲੜਨਾ।